ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ 500 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਨੂੰ ਜ਼ਬਤ ਕੀਤਾ ਗਿਆ ਤਾਂ ਦੱਸਦੀਏ ਕਿ ਪੰਜਾਬ ਪੁਲਿਸ ਦੇ ਹੱਥੇ ਵੱਡੀ ਕਾਮਯਾਬੀ ਲੱਗੀ ਹੈ ਜਿਸ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਦੇ ਨੇੜਿਓਂ 500 ਕਰੋੜ ਤੋਂ ਵੱਧ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ 105 ਕਿਲੋ ਹੈਰੋਇਨ ਅਤੇ 31.93 ਕਿਲੋ ਕੈਫੀਨ ਯਾਨੀ ਕਿ 31 ਕਿਲੋ ਕੈਫੀਨ ਬਰਾਮਦ ਕੀਤੀ ਗਈ ਹੈ 17 ਕਿਲੋ DMR ਡਰੱਗ ਵੀ ਜ਼ਬਤ ਕੀਤੀ ਗਈ ਹੈ ਤਾਂ ਨਸ਼ੇ ਦੀ ਖੇਪ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਵਜੋਤ ਤੇ ਲਵਪ੍ਰੀਤ ਸਿੰਘ ਵਜੋਂ ਇਹਨਾਂ ਮੁਲਜ਼ਮਾਂ ਦੀ ਪਹਿਚਾਣ ਹੋਈ ਹੈ ਜਿਨ੍ਹਾਂ ਦੇ ਕੋਲੋਂ 5 ਵਿਦੇਸ਼ੀ ਪਿਸਤੌਲ ਤੇ 1 ਦੇਸੀ ਕੱਟਾ ਵੀ ਮਿਲਿਆ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਇਹ ਨਸ਼ੇ ਦੀ ਸਪਲਾਈ ਕਰਦੇ ਸੀ ਤਾਂ ਦੋਵਾਂ ਹੀ ਮੁਲਜ਼ਮਾਂ ਦਾ ਦੱਸੇ ਜਾ ਰਹੇ ਨੇ ਕਿ ਪਾਕਿਸਤਾਨ ਦੇ ਵਿੱਚ ਵੀ ਵੱਡਾ ਨੈਕਸਸ ਚੱਲ ਰਿਹਾ ਉਹਨਾਂ ਦਾ ਪਾਕਿਸਤਾਨ ਦੇ ਵੱਡੇ ਆਕਾਵਾਂ ਦੇ ਨਾਲ ਉਹਨਾਂ ਦੀ ਗੱਲਬਾਤ ਹੈ ਜਿਨ੍ਹਾਂ ਦੇ ਇਸ਼ਾਰਿਆਂ ਦੇ ਉੱਤੇ ਇੱਥੇ ਨਸ਼ਾ ਸਪਲਾਈ ਕੀਤਾ ਜਾਂਦਾ ਸੀ ਤਾਂ ਦੱਸਦੀਏ ਕਿ 500 ਕਰੋੜ ਤੋਂ ਵੱਧ ਦੀ ਹੈਰੋਇਨ ਜ਼ਬਤ ਕੀਤੀ ਗਈ ਹੈ ਦਰਅਸਲ ਸੂਤਰਾਂ ਦੇ ਅਨੁਸਾਰ ਦੱਸਿਆ ਜਾ ਰਿਹਾ ਕਿ ਜੋ ਇਹ ਡਰੱਗ ਸੀ ਇਹਨਾਂ ਦੇ ਵੱਲੋਂ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਸਪਲਾਈ ਕੀਤੀ ਜਾਣੀ ਸੀ ਅਤੇ ਪੁਲਿਸ ਨੇ ਪਰ ਇਹਨਾਂ ਨੂੰ ਬੜੇ ਹੀ ਤਰੀਕੇ ਦੇ ਨਾਲ ਮੌਕੇ 'ਤੇ ਹੀ ਕਾਬੂ ਕਰ ਲਿਆ ਜਿਨ੍ਹਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੇ ਵਿੱਚ ਵੱਡੇ ਖੁਲਾਸੇ ਸਾਹਮਣੇ ਆ ਰਹੇ ਨੇ ਆਖਰ ਇਹ ਨਸ਼ਾ ਕਿਹੜੇ ਕਿਹੜੇ ਲੋਕਾਂ ਦੁਆਰਾ ਸਪਲਾਈ ਕੀਤਾ ਜਾਣਾ ਸੀ ਜਿਨ੍ਹਾਂ ਦੇ ਵੱਲੋਂ ਮੋਟਾ ਕਮਿਸ਼ਨ ਲਿਆ ਜਾਂਦਾ ਉਹਨਾਂ ਦੇ ਵੀ ਨਾਮਾਂ ਦਾ ਖੁਲਾਸਾ ਹੋਣ ਦੀ ਸ਼ੰਕਾ ਜੋ ਹੈ ਉਹ ਜਤਾਈ ਜਾ ਰਹੀ ਹੈ ਕਿ ਪੁਲਿਸ ਦੇ ਹੱਥ ਇੱਕ ਵੱਡੀ ਇਹ ਕਾਮਯਾਬੀ ਜ਼ਰੂਰ ਲੱਗੀ ਹੈ ਤਾਂ ਦੱਸ ਦਈਏ ਕਿ ਦੋ ਵੱਡੇ ਟਾਇਰਾਂ ਦੀਆਂ ਟਿਊਬਾਂ ਵੀ ਮਿਲੀਆਂ ਨੇ ਵਾਟਰ ਰੂਟ ਦੇ ਰਾਹੀਂ ਇਹ ਨਸ਼ਾ ਭਾਰਤ ਦੇ ਵਿੱਚ ਭੇਜਿਆ ਗਿਆ ਸੀ ਦੱਸ ਦਈਏ ਕਿ ਬਾਰਡਰ ਦੇ ਉੱਤੇ ਜੋ BSF ਦੇ ਵੱਲੋਂ ਲਗਾਤਾਰ ਸਖਤਾਈ ਕੀਤੀ ਗਈ ਹੈ ਪਹਿਲਾਂ ਡਰੋਨ ਦੇ ਰਾਹੀਂ ਨਸ਼ਾ ਸਪਲਾਈ ਹੁੰਦਾ ਸੀ ਤੇ ਹੁਣ ਡਰੋਨਾਂ ਦੇ ਉੱਤੇ ਜਿੱਥੇ ਲਗਾਮ ਲੱਗੀ ਹੈ ਉੱਥੇ ਜੋ ਹੁਣ ਨਸ਼ੇ ਦੇ ਤਸਕਰ ਨੇ ਵੱਡੇ ਵੱਡੇ ਨਸ਼ਾ ਤਸਕਰ ਨੇ ਉਹ ਵਾਟਰ ਰੂਟ ਦਾ ਇਸਤੇਮਾਲ ਕਰ ਰਹੇ ਨੇ ਤਾਂ ਦਰਿਆ ਦੇ ਰਾਹੀਂ ਦੱਸਿਆ ਜਾ ਰਿਹਾ ਕਿ ਇਹ ਭੇਜੀ ਗਈ ਸੀ ਜਿਸ ਨੂੰ ਕਿ ਨਵਜੋਤ ਤੇ ਲਵਪ੍ਰੀਤ ਨੇ ਹਾਸਲ ਕਰ ਲਿਆ ਸੀ ਅਤੇ ਮੌਕੇ ਦੇ ਉੱਤੇ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਦੇ ਕੋਲੋਂ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਵਿੱਚ 500 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ ਜ਼ਬਤ ਕੀਤੀ ਗਈ ਹੈ ਤਾਂ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ 105 ਕਿਲੋ ਹੈਰੋਇਨ 31 ਕਿਲੋ ਕੈਫੀਨ ਨੂੰ ਜ਼ਬਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ 17 ਕਿਲੋ DMR ਡਰੱਗ ਵੀ ਜ਼ਬਤ ਕੀਤੀ ਗਈ ਹੈ।